ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ 'ਚ ਜਦੋਂ ਦਾ ਲੋਕਡਾਊਨ ਹੋਇਆ ਕਰਫਿਊ ਦੇ ਆਦੇਸ਼ ਹੋਏ ਨੇ ਅਤੇ ਪੰਜਾਬ ਪੁਲਿਸ ਦੀ ਸਖ਼ਤੀ ਦੀਆਂ ਵੱਖ ਵੱਖ ਖਬਰਾਂ ਸਾਹਮਣੇ ਆ ਰਹੀਆਂ ਸੀ। ਪਰ ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਵੀ ਪੁਖਤਾ ਇੰਤਜ਼ਾਮ ਕੀਤੇ ਸੀ, ਪਰ ਇਹ ਪੁਖਤਾ ਇੰਤਜ਼ਾਮ ਕਿਹੋ ਜਿਹੇ ਹੈ ਇਹ ਦੇਖਣ ਵਾਸਤੇ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਬੁਲਾਈ ਸੀ। ਹਾਲਾਂਕਿ ਇਸ ਮੀਟਿੰਗ ਦੇ ਵਿੱਚ ਅਫਸਰਾਂ ਦੇ ਨਾਲ ਉਹ ਸੋਸ਼ਲ ਡਿਸਟੈਂਸ ਬਣਾਉਂਦੇ ਦਿਖਾਈ ਦਿੱਤੇ, ਯਾਨੀ ਕਿ ਪੰਜਾਬ ਦੇ DGP ਤੋਂ ਲੈ ਕੇ ਮੁੱਖ ਸਕੱਤਰ ਤੱਕ ਇਸ ਮੀਟਿੰਗ 'ਚ ਸ਼ਾਮਲ ਹੋਏ ਸੀ, ਪਰ ਉਹਨਾਂ ਨੂੰ ਇੱਕ ਮੀਟਰ ਦੀ ਦੂਰੀ 'ਤੇ ਬਿਠਾਇਆ ਗਿਆ ਸੀ। ਪਰ ਇਸ ਦੇ ਨਾਲ ਹੀ ਉਹਨਾਂ ਨੇ ਵੀਡੀਓ ਕਾਨਫਰੰਸਿੰਗ ਦੇ ਉੱਤੇ ਮੁਲਾਜ਼ਮਾਂ ਅਤੇ ਅਫਸਰਾਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਿਹਤ ਨੂੰ ਲੈ ਕੇ ਤਾਂ ਚਿੰਤਿਤ ਦਿਖੇ, ਨਾਲ ਹੀ ਉਹਨਾਂ ਨੂੰ ਇਹ ਸਲਾਹ ਵੀ ਦਿੰਦੇ ਨਜ਼ਰ ਆਏ ਕਿ ਮਾਸਕ ਪਾ ਲਓ। ਉਹ ਗੱਲ ਵੱਖਰੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮਾਸਕ ਨਹੀਂ ਸੀ ਪਾਇਆ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕੀ ਕੁਝ ਕਿਹਾ, ਆਓ ਤੁਹਾਨੂੰ ਦਿਖਾਉਂਦੇ ਹਾਂ। ਮੈਂ ਸਰ ਸਿਵਲ ਸਰਜਨ ਆਫਿਸ ਤਰਨਤਾਰਨ। ਬਾਕੀ ਤੁਹਾਡਾ ਡਿਸਟ੍ਰਿਕਟ ਠੀਕ ਚੱਲ ਰਿਹਾ, ਜ਼ਿਆਦਾ ਹੋਰ ਕੋਈ ਕੇਸ ਤਾਂ ਨਹੀਂ ਹੋਏ? ਕੋਈ ਨਹੀਂ ਸਰ, ਬਿਲਕੁਲ ਅੰਡਰ ਕੰਟਰੋਲ ਹੈ, ਕੋਈ ਇਸ਼ੂ ਨਹੀਂ ਹੈ ਸਰ। ਔਰ ਤੁਸੀਂ ਦੱਸੋ, ਤੁਹਾਨੂੰ ਕੋਈ ਤਕਲੀਫ ਕਿਸੇ ਗੱਲ ਦੀ ਤੁਹਾਨੂੰ ਤੁਹਾਡੇ ਜਿਹੜੇ ਸਾਥੀ ਨੇ ਉਸ CMO ਦੇ ਆਫਿਸ 'ਚ? ਸਰ ਠੀਕ ਹੈ, ਸਾਰਾ ਕੁਝ ਅੰਡਰ ਕੰਟਰੋਲ ਹੈ, ਠੀਕ ਹੈ ਸਰ। ਓਕੇ, ਬਸ ਤੁਸੀਂ ਠੀਕ ਰਹੋ, ਤੁਸੀਂ ਵੀ। ਮੈਂ ਦੇਖ ਰਿਹਾ ਕਿ ਤੁਸੀਂ ਮਾਸਕ ਨਹੀਂ ਪਾ ਰਹੇ, ਮਾਸਕ ਜ਼ਰੂਰ ਪਾਓ ਔਰ ਆਪਣੇ ਪਰਿਵਾਰ ਨੂੰ, ਅੱਛਾ ਆਫਿਸ ਨੂੰ, ਆਪਣੇ ਪਰਿਵਾਰ ਨੂੰ ਵੀ ਸੁਖੀ ਰੱਖੋ ਔਰ ਸਾਰੇ ਸਾਥੀਆਂ ਨੂੰ ਮੇਰੀ ਫਤਿਹ ਬਣਾ ਦੇਣਾ ਪਲੀਜ਼। ਥੈਂਕ ਯੂ। ਹੈਲੋ ਗੁਰਦੇਵ, ਕੀ ਹਾਲ ਹੈ ਤੁਹਾਡਾ? ਤਗੜੇ ਹੋ ਸਾਰੇ? ਸਤਿ ਸ਼੍ਰੀ ਅਕਾਲ। ਆਪਾਂ ਆਪਣੇ ਔਰ ਆਪਣੇ ਸਾਥੀਆਂ ਦਾ ਧਿਆਨ ਰੱਖ ਰਹੇ ਹੋ? ਤੁਸੀਂ ਘੁੰਮ ਰਹੇ ਸਾਰੇ ਹੋ, ਪਰ ਮਾਸਕ ਮੂਸਕ ਪਾ ਕੇ ਰੱਖਣਾ ਔਰ ਰੋਟੀ ਰੋਟੀ ਸਾਰੀ ਮਿਲਦੀ ਹੈ ਤੁਹਾਨੂੰ? ਠੀਕ, ਅੱਛਾ ਬੇਟਾ, ਸ਼ਾਬਾਸ਼ ਸ਼ਾਬਾਸ਼ ਸਾਰਿਆਂ ਨੂੰ ਮੇਰੇ ਵੱਲੋਂ ਧੰਨਵਾਦ ਕਰਨਾ ਔਰ ਮੇਰੀ ਫਤਿਹ ਬੁਲਾਉਣਾ ਸਾਰਿਆਂ ਨੂੰ ਔਰ ਵਾਹਿਗੁਰੂ ਕਰੇ ਤੁਹਾਡੇ ਪਰਿਵਾਰ ਵੀ ਸੁਖੀ ਰਹੇ ਔਰ ਲੋਕਾਂ ਨਾਲ ਪਿਆਰ ਨਾਲ ਹੈ। ਆਪਾਂ ਇਹ ਔਖੀ ਘੜੀ ਵਿੱਚੋਂ ਲੰਘ ਰਹੇ ਆਪਾਂ ਤਾਂ ਪਿਆਰ ਨਾਲ ਸਾਰਿਆਂ ਨਾਲ ਚੜਾਉਣਾ ਇਹਨਾਂ ਨੂੰ। ਕਿੱਥੇ ਹੋ ਤੁਸੀਂ ਇਸ ਵੇਲੇ? ਅੱਛਾ ਪਟਿਆਲੇ ਵਿੱਚ, ਅੱਛਾ ਹੋਰ ਠੀਕ ਹੋ ਤੁਸੀਂ, ਤੁਹਾਡਾ ਪਰਿਵਾਰ ਠੀਕ ਹੈ? ਅੱਛਾ ਇੱਥੇ ਕੰਮ ਠੀਕ ਚੱਲ ਰਿਹਾ ਆਪਣਾ? ਅੱਛਾ ਬੇਟਾ, ਕੋਈ ਗੱਲ ਹੋਏ ਤਾਂ ਮੈਨੂੰ ਦੱਸਣਾ ਜ਼ਰੂਰ। ਬਾਕੀ ਸਾਰਿਆਂ ਨੂੰ ਜਿਹੜੇ ਤੁਹਾਡੇ ਸਾਥੀ ਨੇ ਮੇਰੀ ਫਤਿਹ ਬੁਲਾਉਣਾ ਉਹਨਾਂ ਨੂੰ ਸਾਰਿਆਂ ਨੂੰ। ਥੈਂਕ ਯੂ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਨ ਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995956।